जिंदगी दा नाम चलते रहना जिंदगी दा नाम आ। सानू जिंदगी च कदे भी कहिंदे रुकना नहीं चाहिए, सानू हमेशा चलते रहना चाहिए। तो यही मैं सीखिया अपनी जिंदगी तो। पहला मैं रहिंदा हुंदा सी रब दे कोल, फिर उस तो बाद मैं रहिंदा हुंदा सी अपने घर दे दे कोल, फिर मैं आया कनेडा ब्रैम्पटन। फिर ब्रैम्पटन आके पता नहीं किन्ने घर बदले, पता वैसे चार घर बदले। ब्रैम्पटन तो आ गया नोवा स्कोशिया, हुण फिर तो जा रहा नवे घर। चलते रहना जिंदगी दा नाम। ज़्यादा सीरीयस ना हो, ये व्लॉग हैगा अपनी मूविंग बारे। असी करन जा रहे हैं अपनी मूविंग, तो मैं अपना घर शिफ्ट करन जा रहा हाँ। तो थानू जिद्दां कि सारयां नू पता है कि घर शिफ्ट करना किन्ना औखा काम है, तो साडे लई भी बहुत औखा काम है घर शिफ्ट कर। अज असी करनी है अपने घर की मूविंग। स्टे कनैक्टिड, स्टे विद मी। लाइक कर दो हुणे ही, कमेंट कर दो हुणे ही, जां फिर बाद च, पर सबसक्राइब तो लाइक हुणे ही कर दिओ। तो करदे हां अपनी वीडियो शुरू। Newer Sanders 18 inch auto dimmable LED ring light with its kit and with the 79 inch of stand, we can control the light, how much light you want on your face, and with it you can make different types of videos for YouTube and TikTok. So let's start the unboxing. Unboxing karan to baad tusi vich ring light kadunge with its own black kit. With it you will get one Indian plug and one American plug. Open kit and you will get 18 inch beautiful ring light. Fir manual guide to dekh ke stand nu tusi adjust kar sakde ho, and tusi apni height de according adjust karo. You can adjust the stand according to your height up to 75 inches, and at the end ring light attach karo, de naal apna phone holder attach karo. So this is a newer ring light, 79 inch ਲੰਬਾਈ ਦਾ ਸਟੈਂਡ ਆ ਤੇ 18 inch ਦੀ ਰਿੰਗ ਲਾਈਟ ਆ, ਜੋ ਕਿ ਵਿਦ ਟੂ ਫਿਲਟਰਸ ਆਉਂਦੀ ਆ ਇਹ, ਤੇ ਨਾਲੇ ਬੈਗ ਦੇ ਨਾਲ ਆਉਂਦੀ ਆ ਜਿਹਦੇ ਵਿੱਚ ਅਸੀਂ ਇਹਨੂੰ ਸਿਕਿਓਰ ਕਵਰ ਕਰਕੇ ਰੱਖ ਸਕਦੇ ਹਾਂ। ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਅਟੈਚ ਆ, ਜੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਲਿੰਕ ਤੇ ਕਲਿੱਕ ਕਰਕੇ ਐਮਾਜ਼ੋਨ ਤੋਂ ਬਾਈ ਕਰ ਸਕਦੇ ਹੋ। ਤੇ ਨਿਊਅਰ ਨੇ ਸਾਨੂੰ ਰਿੰਗ ਲਾਈਟ ਭੇਜੀ ਆ, ਬਹੁਤ ਬਹੁਤ ਥੈਂਕ ਯੂ ਸਭ ਤੋਂ ਪਹਿਲਾਂ ਉਹਨਾਂ ਦਾ। ਅੱਜ 1 June ਆ, ਮੈਂ ਲੱਭਿਆ ਹੁਣ ਨਵਾਂ ਘਰ, ਤੇ ਫਿਰ ਉਹ ਹੁਣ ਕਰਨੀ ਅਸੀਂ ਮੂਵਿੰਗ, ਆਪਣਾ ਸਮਾਨ ਲੈ ਕੇ ਜਾਣਾ ਸਾਰਾ। ਆ ਸਭ ਤੋਂ ਪਹਿਲਾਂ ਕੁਰਸੀਆਂ ਦੇਖ ਰਹੇ ਹੋ ਤੁਸੀਂ, ਆ ਜਿਹੜੀਆਂ ਕੁਰਸੀਆਂ ਫੇਸਬੁੱਕ ਦੀ ਮਾਰਕੀਟ ਪਲੇਸ ਹੁੰਦੀ ਆ, ਉੱਥੋਂ ਕੁਰਸੀਆਂ ਲੱਭੀਆਂ ਮੈਂ, ਇਹ ਮੈਨੂੰ ਚਾਹੀਦੀਆਂ ਸੀ। ਤੇ ਫਿਰ ਆਹ ਦੇਖੋ ਕੁਰਸੀਆਂ ਕਿੰਨੀ ਵਧੀਆ ਕੰਡੀਸ਼ਨ ਆ ਕੁਰਸੀਆਂ ਦੀ ਉੱਤੇ, ਲੈਦਰ ਦੀਆਂ ਕੁਰਸੀਆਂ ਆ। ਤੇ ਆਹ ਨਵੀਂ ਜੇ ਕੁਰਸੀ ਲੈਣੀ ਹੋਵੇ ਨਾ, ਅਸੀਂ ਘੱਟੋ ਘੱਟ ਇਹ $50-$60 ਦੀ ਇੱਕ ਕੁਰਸੀ ਆਉਂਦੀ ਆ। ਫੇਸਬੁੱਕ ਤੋਂ ਮਿਲੀ $10 ਦੀ ਇੱਕ ਕੁਰਸੀ, $40 ਦੀਆਂ ਚਾਰ ਕੁਰਸੀਆਂ ਮਿਲ ਗਈਆਂ, ਨਾਲੇ ਫ੍ਰੀ ਹੋਮ ਡਿਲੀਵਰੀ, ਡਿਲੀਵਰੀ ਵੀ ਕਰਕੇ ਗਏ ਘਰੇ। ਫਿਰ ਅੱਜ ਸਾਰਾ ਸਮਾਨ, ਸਾਰਾ ਸਮਾਨ ਲੈ ਕੇ ਜਾਣਾ ਆਪਣੇ ਘਰ। ਬਹੁਤ ਦੂਰ ਆ ਆਪਣਾ ਘਰ, ਬਹੁਤ ਦੂਰ। ਹੁਣ ਸਾਰਾ ਸਮਾਨ ਚੱਕ ਲੈ ਕੇ ਜਾਣਾ, ਦਿਮਾਗ ਖਰਾਬ ਹੋ ਗਿਆ ਕਿੱਦਾਂ ਲੈ ਕੇ ਜਾਣਾ। ਤੁਸੀਂ ਮੈਨੂੰ ਦੇਖੋ ਕਿੰਨੀ ਦੂਰ ਹੈ ਮੈਂ ਸੰਦ ਖਾਨ। ਹੁਣ ਕਰਦੇ ਹਾਂ ਘਰ ਦੀ ਮੂਵਿੰਗ ਸ਼ੁਰੂ। ਆ ਜਾਓ ਮੇਰੇ ਨਾਲ ਮਿਲੀਏ, ਮੈਂ ਤੁਸੀਂ ਮੇਰਾ ਨਵਾਂ ਘਰ ਦੇਖਣਾ ਆ ਤਾਂ। ਓਹੋ ਹੋ, ਪਸੀਨਾ ਪਸੀਨੀ ਹੋ ਗਿਆ। ਦੇਖਿਆ ਕਿੰਨੀ ਦੂਰ ਦੀਗਾ ਆਪਣਾ ਨਵਾਂ ਘਰ, ਇੰਨੀ ਦੂਰ ਆਉਣਾ ਪਿਆ, ਉੱਪਰੋਂ ਲੈ ਕੇ ਥੱਲੇ ਤੱਕ, ਕਿਤੇ ਹੋਰ ਨਹੀਂ। ਪਹਿਲਾਂ ਮੈਂ ਉੱਪਰ ਰਹਿੰਦਾ ਸੀਗਾ, ਹੁਣ ਉੱਪਰ ਤੋਂ ਥੱਲੇ ਸ਼ਿਫਟ ਕਰਨ ਲੱਗਾ। ਤੇ ਫਿਰ ਹੁਣ ਉੱਪਰੋਂ ਪਹਿਲਾਂ ਅਸੀਂ ਸਮਾਨ ਲੈ ਕੇ ਆਉਣਾ, ਤੇ ਫਿਰ ਮੈਂ ਤੁਹਾਨੂੰ ਦੱਸੂਗਾ ਬਾਅਦ ਵਿੱਚ ਸਾਨੂੰ ਓਨਰ ਨੇ ਸਾਨੂੰ ਕੀ ਦਿੱਤਾ ਸਾਡੇ ਘਰ ਦੇ ਵਿੱਚ। ਦੱਸੂਗਾ ਜੇ ਕਿਸੇ ਪੰਜਾਬੀ ਨੇ ਆਪਣੀ ਬੇਸਮੈਂਟ ਦੇਣੀ ਹੋਵੇ ਉਹ ਕਿੱਦਾਂ ਦਿੰਦਾ ਹੁੰਦਾ। ਅਖਬਾਰ ਤੇ ਟੇਬਲ ਜਿਹਾ ਲਗਾਇਆ ਹੋਇਆ ਨੇ ਲੱਕੜੀ ਦਾ, ਕਿੰਨਾ ਏਸ਼ੀਅਨ ਜਿਹਾ ਟਾਈਪ ਦਾ, ਕਿੰਨਾ ਸੋਹਣਾ ਲੱਗਦਾ ਪਿਆ ਆ। ਘਰ ਘਰ ਚ ਮੂਵਿੰਗ ਕਰਨੀ ਹੈ ਉੱਪਰੋਂ ਥੱਲੇ, ਇਹਦੇ ਚ ਦੇਖ ਲਓ ਇੰਨਾ ਵਾਰ ਬੁਰਾ ਹਾਲ ਹੋ ਜਾਂਦਾ। ਬ੍ਰੈਂਪਟਨ ਤੋਂ ਤਾਂ ਪਤਾ ਨਹੀਂ ਕਿੱਦਾਂ ਲੈ ਕੇ ਆਇਆ ਸੀ ਮੈਂ ਸਮਾਨ। ਹਾਲੇ ਸਾਰਾ ਸਮਾਨ ਟਿਕਾਣਾ ਆ, ਹਾਲੇ ਸਾਰਾ ਸਮਾਨ ਥੱਲੇ ਲਿਆ ਕੇ ਰੱਖ ਰਿਹਾ, ਤੇ ਇਸ ਤੋਂ ਬਾਅਦ ਹਾਲੇ ਜੋ ਜੋ ਘਰ ਚ ਹੈ ਨੀ ਸਮਾਨ ਲੈਣ ਜਾਣਾ, ਅਸੀਂ ਸਾਰਾ ਕੁਛ ਕਰਨਾ, ਘਰ ਦੀ ਸੈਟਿੰਗ ਕਰਨੀ। ਹਾਲੇ ਸਮਾਨ ਆਪਣਾ ਆਲਮੋਸਟ ਮੈਂ ਥੱਲੇ ਰੱਖ ਦਿੱਤਾ, ਤੇ ਹੁਣ ਗੱਲ ਆ ਰੂਮ ਸਾਫ਼ ਕਰਨ ਦੀ, ਕਿਉਂਕਿ ਇੱਦਾਂ ਅਸੀਂ ਦੇ ਨਹੀਂ ਸਕਦੇ ਉਹਨਾਂ ਨੂੰ ਰੂਮ ਸਾਡੇ ਓਨਰ ਨੂੰ। ਹੁਣ ਜਦੋਂ ਅਸੀਂ ਚੱਲੇ ਹਾਂ, ਸਾਨੂੰ ਸਾਰਾ ਸਮਾਨ ਚੱਕ ਕੇ ਪੂਰਾ ਰੂਮ ਕਲੀਨ ਕਰਕੇ ਫਿਰ ਉਹਨੂੰ ਦੇਣਾ ਪੈਣਾ ਆ। ਅਤੇ ਆਹ ਰੂਮ ਮੈਂ ਲਿਆ ਸੀ Airbnb ਤੋਂ, ਅਤੇ ਪਹਿਲੇ ਮਹੀਨੇ ਦਾ ਕਿਰਾਇਆ ਸੀਗਾ ਜਿਹੜਾ ਉਹ Airbnb ਥਰੂ ਗਿਆ ਸੀ। ਦੋ ਜਣਿਆਂ ਨੇ ਦੋ ਰੂਮ ਲਏ ਸੀ, ਫਿਰ ਇੱਕ ਰੂਮ ਦਾ ਆਲਮੋਸਟ ਸਾਡਾ ਕਿਰਾਇਆ ਗਿਆ ਸੀ $500, $550 ਇੰਨਾ ਕੁ। ਅਤੇ ਫਿਰ ਜਦੋਂ ਦੂਜੇ ਮਹੀਨੇ ਲਈ ਲੈਣਾ ਸੀਗਾ, ਫਿਰ ਮੈਨੂੰ ਕੁਛ ਮਿਲਿਆ ਨਹੀਂ, ਫਿਰ ਨਾਲ ਹੀ ਅਸੀਂ ਗੱਲ ਕਰ ਲਈ ਸੀ। ਫਿਰ ਇੱਕ ਰੂਮ ਦਾ ਕਿਰਾਇਆ ਪਿਆ ਸੀਗਾ
कुछ अराउंड 400 डालर। दो घंटे हो गए मूविंग कर दे ना, तो आपने किचन का समान सेगा जरा आखिरी समान ये आखिरी डब्बा तो सारा समान लै गया थले, तो हम थले बहुत खलारा पिया आ थले सारा खलारा हूँ सवारना पहला देखो की हाल बन गया थले। किचन अपनी सब तो व्डा पंगा हों आलू तो प्याज रखन का जे किचन कि रखिए हम देसी जगाड़ लाना असं क्योंकि जी सा किचन है वह बहुत वजिया खाने स्लाइड वाले तो उपर गैस आ ते हुण आलू प्याज रखन दा पंगा ते आहा हुण असीं खाना रख देना इत्थे डब्बा इच रख ते प्याज ते इक डब्बा रख देना इत्थे ते इच रख देने आलू। हुण तक कोई भी अपना घर नहीं सी लिया उहदा भी अपना नहीं हैगा पर इच किचन तां अपनी हैगी ना परसनल आ जिहड़े आ संदूक देख रहे हो अपना संदूक अटैची जदों अपने घर दे आए थे इंडिया तों उस वेले भांडे लैके आए थे बहुत सारे इंडिया तों तां कि इत्थे मैं यूज कर सकां पर मैनूं कदी लोड़ नहीं पई इसलिए मैं कढे नहीं। हाले तक सैटिंग चल रही है घर की तो पर हाले समान जरा वह लैन वाल रहा है मतलब समान मतलब हैंगर्स वगैरह हो गया तो उदा गारेज बैग्स वगैरह इधर सारा समान है जोड़ा घर चाहिए नॉर्मली तो हूँ वह लैन चलना है इंडिया वाले देख रहे ब्लॉग उन्होंने एक दुकान पर लैके जाना डोलरामा डोलरामा होंगी है इतने वो होंगी मतलब उत्थे सानू ना ज़्यादा तो ज़्यादा एक डालर तो लैके पाँच डालर तक थानू चीज़ा मिलनी है तो वो दे विच्ची सारा कुछ ना कली कली चीज होंगी है पर उनका प्राइस उन्ने उन्ने दे विच्ची होना। पहुंच गए डोलरामा तो चलते समान लैन बाली क्रिएटिव ने उदा बंदे इतने देखे मैं कार दे साइन कुछ ना कुछ बनाते रहते आ देखो माजडा का साइन माजडा का साइन है तो कर करके उल्लू बना दिता तो इतने एक गड्डी आती है जैटा अपने जेडे पंजाबी ने ब्रैम्पटन च वह बिचों ई जे तो बाद जी ई तो टी आती कट के बच्चे ए लिख देंगे उसे जट बना देंगे अपने कैमरे की होगी बैटरी लो तो हम अपने मोबाइल से वीडियो बनानी पै रही आ देखो सारा कुछ ना इतने आ देखो कि पूरा का पूरा सैट आन तीन कड़छियाँ छोटी छोटी उस तो छोटी तो हैगी कि डेढ़ डालर दड़छियाँ मतलब सारा कुछ सस्ता हों इत चार चाकू चार डालर के डेढ़ डालर का कली कली चीज़ सस्ती लगी होंगी है इतने हम देखते हैं जो जो लैना वाला समान चकते हैं हूँ सानू सब तो पहले चाहिए चोपिंग बोर्ड आदा कच जो लगता है टुट जाना पर आ सोना देखो किन्ना है किन्ने का चार डालर का आ है छोटा थोड़ा इस तो भी बड़ा चाहिए आवला लगता बड़ा बोर्ड ये थोड़ा को बड़ा साइज लगता बोर्ड का पर तिखा जहा आ बजा करना चार डालर का एक आह यही वाली सेम चीज़ा जैसे वॉलमार्ट तो जाके लैसे सानू इतों डबल प्राइस या फिर तीन चार गुना वद प्राइस तो मिलनी है पर इतने उही वाली चीज़ सानू एक डालर दी आ देखो आ जो भांडे धोने वाला हुंदा आ किन्ने दा एक डालर 25 सेंट का आ किन्ने हैगे किन्ने विच एक दो तीन चार आने वाले तो किन्ने होया इंडिया हिसाब नाल 50 रुपए का होया हुण तुसीं इंडिया पुछ के देख लियो तुहानू आ चार किन्ने दे मिलदे हो मैनूं पता 50 तो ज़्यादा ही मिलणगे जिन्ने दे मिले for a season where everything felt right all the
ਇੱਕ ਹੈਗੇ ਆ $2 ਦੇ 4 ਹੈਂਗਰ ਤੇ ਇੱਕ ਹੈਗੇ ਆ $2 ਦੇ 7 ਹੈਂਗਰ ਪਰ ਅਸੀਂ 7 ਵਾਲੇ ਲਵਾਂਗੇ ਜਿੱਥੋਂ ਪੈਸੇ ਬਚਾ ਸਕਦੇ ਬਚਾਈਏ ਨਾ ਅਸੀਂ ਕੀ ਕਰਨਾ ਘਟੀਆ ਜਿਹਾ ਵਧੀਆ ਇਸ ਤਰ੍ਹਾਂ ਕੱਪੜੇ ਰੰਗਣੇ ਅਲਮਾਰੀ 'ਚ ਰਹਿਣਾ ਇਹਨਾਂ ਨੇ ਜਦੋਂ ਸਾਡੇ ਨਾਲ ਇੱਥੇ ਲੱਗ ਕੇ ਕਿਤੇ ਜਾਣਾ ਹੋਵੇ ਤਾਂ ਵਧੀਆ ਲੱਗੀ ਹੁਣ ਜੇ ਉੱਦਾਂ ਦੇਖਿਆ ਜਾਵੇ ਨਾ ਕੁਆਲਿਟੀ 'ਤੇ ਡਿਪੈਂਡ ਕਰਦਾ ਇੱਦਾਂ ਨਹੀਂ ਆ ਕਿ ਸਾਰੀਆਂ ਚੀਜ਼ਾਂ ਹੀ ਸਸਤੀਆਂ ਹੁੰਦੀਆਂ ਹੁਣ ਕਈ ਹੁੰਦੀ ਹੈ $1 ਦੀ 1 ਜਿੱਦਾਂ ਕਿ ਆਹ ਦੇਖੋ ਆਹ ਹੈਂਗਰ ਆ ਥੱਲੇ ਨਹੀਂ ਆ ਰਹੇ ਆਹ ਵਾਲੇ ਜਿਹੜੇ ਹੈਂਗਰ ਆ ਲੱਕੜ ਦੇ ਆ ਅਤੇ ਆਹ ਵਾਲੇ ਹੈਗੇ ਆ $3 ਦੇ 3 ਹੈਂਗਰ ਮਤਲਬ $1 ਦਾ 1 ਹੈਂਗਰ ਪਿਆ ਆ ਪੂਰੀ ਦੀ ਪੂਰੀ ਆਇਲ ਗਾਰਡਨਿੰਗ ਦੀ ਆ ਜੇ ਅਸੀਂ ਗਾਰਡਨ ਦਾ ਸਮਾਨ ਲੈਣਾ ਜਾਂ ਕੁਛ ਇੰਨਾ ਸਮਾਨ ਲਿਆ ਡੋਲਰਾਮਾ ਤੋਂ ਅਤੇ $56 ਬਣੇ ਹੁਣ ਮੈਨੂੰ ਯਾਦ ਨਹੀਂ ਆ ਕਿੰਨਾ ਲਿਆ ਪਰ ਬਹੁਤ ਕੁਛ ਲੈ ਲਿਆ ਮਤਲਬ ਹੈ ਨਾ ਬਹੁਤ ਕੁਛ ਲੈ ਲਿਆ ਘਰ ਦਾ ਸਮਾਨ $56 ਦੇ ਵਿੱਚ ਬਣਿਆ ਸਾਰਾ ਸਮਾਨ ਅਤੇ ਇਹੀ ਵਾਲਾ ਸਮਾਨ ਮੈਂ ਵੋਲਮਾਰਟ ਤੋਂ ਲੈਂਦਾ $100 ਤੋਂ ਵੱਧ ਬਿੱਲ ਬਣਨਾ ਸੀ ਸਾਡੇ ਤੋਂ ਕਾਫੀ ਬਿਲੀ ਆਹ ਵੀ ਦੇਖ ਲਓ ਅਤੇ ਕਾਰ ਦੇ ਵਿੱਚ ਆ ਕੇ ਅਸੀਂ ਗਲਵਜ਼ ਨਹੀਂ ਸੀ ਪਾਏ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਇੱਦਾਂ ਆ ਕਿ ਇੱਕ ਜਗ੍ਹਾ ਤੇ 5 ਜਣਿਆਂ ਤੋਂ ਵੱਧ ਬੰਦੇ ਇਕੱਠੇ ਨਹੀਂ ਹੋਣੇ ਚਾਹੀਦੇ ਬਟ ਉਦਾਂ ਇੱਥੇ ਸੋਸ਼ਲ ਡਿਸਟੈਂਸਿੰਗ ਰੱਖੀ ਹੋਈ ਆ ਬਟ ਮਾਸਕ ਤੇ ਗਲਵਜ਼ ਪਾਣੇ ਮੈਂਡੇਟਰੀ ਨਹੀਂ ਕੀਤੇ ਹੋਏ ਕਿ ਜਿੱਦਾਂ ਇੰਡੀਆ ਮੈਂਡੇਟਰੀ ਆ ਤੇ ਇਸ ਲਈ ਕੋਈ ਪਾਉਂਦਾ ਨਹੀਂ ਆ ਜ਼ਿਆਦਾ ਬਟ ਇੱਦਾਂ ਅਸੀਂ ਕਿਸੇ ਰਸ਼ ਵਾਲੀ ਜਗ੍ਹਾ 'ਤੇ ਜਾਈਦਾ ਨਹੀਂ ਪਰ ਕਾਰ 'ਚ ਆਉਂਦੇ ਨਾਲ ਹੀ ਇੰਡੀਆ ਤੋਂ ਲੈ ਕੇ ਆਇਆ ਸੀ ਨੀਮ ਐਲੇਵੋਰਾ ਸੈਨੇਟਾਈਜ਼ਰ ਲੈ ਕੇ ਆਇਆ ਸੀ ਇੰਡੀਆ ਤੋਂ ਗੱਡੀ 'ਚ ਆਉਂਦੇ ਹੀ ਸਭ ਤੋਂ ਪਹਿਲਾਂ ਸੈਨੇਟਾਈਜ਼ਰ ਦੇ ਨਾਲ ਆਪਣੇ ਹੱਥ ਸਾਫ਼ ਕਰ ਲਓ ਫਿਰ ਕਿਸੇ ਚੀਜ਼ ਨੂੰ ਟੱਚ ਕਰੋ ਫਿਰ ਕੁਛ ਖਾਓ ਪੀਓ ਕਿਉਂਕਿ ਆਪਣੀ ਸੇਫਟੀ ਪਹਿਲਾਂ ਨਾ ਭਾਵਾਂ ਕੋਈ ਕਿਸੇ ਦੇ ਨੇੜੇ ਨਹੀਂ ਜਾਂਦਾ ਪਰ ਪਤਾ ਨਹੀਂ ਕਿੰਨੀਆਂ ਚੀਜ਼ਾਂ ਨੂੰ ਅਸੀਂ ਅੰਦਰ ਟੱਚ ਕੀਤਾ ਇਸ ਲਈ ਸਭ ਤੋਂ ਪਹਿਲਾਂ ਸੈਨੇਟਾਈਜ਼ ਕਰ ਲਓ ਆਪਣੇ ਹੱਥ ਬਾਅਦ 'ਚ ਸਾਰਾ ਕੁਛ ਅਤੇ ਹੁਣ ਕਿਤੇ ਹੋਰ ਚੱਲਦੇ ਹਾਂ ਥੋੜ੍ਹਾ ਸਮਾਨ ਰਹਿੰਦਾ ਆਪਣਾ ਲੈਣ ਵਾਲਾ ਉਹ ਹੁਣ ਦੇਖਦੇ ਵੋਲਮਾਰਟ ਵਗੈਰਾ ਤੋਂ ਲੈਂਦੇ ਹਾਂ ਉੱਥੋਂ ਸਾਰਾ ਸਮਾਨ ਲੈ ਲਿਆ ਡੋਲਰਾਮਾ ਤੋਂ ਹੁਣ ਵੋਲਮਾਰਟ ਸਮਾਨ ਲੈਣ ਆਇਆ ਸੀ ਮੈਂ ਜਿਹੜਾ ਲੌਂਡਰੀ ਬਾਸਕਿਟ ਵਗੈਰਾ ਅਤੇ ਟੋਇਲਟ ਪੇਪਰ ਵਗੈਰਾ ਜਿਹੜੀਆਂ ਜ਼ਰੂਰੀ ਚੀਜ਼ਾਂ ਨਾ ਉਹ ਰਹਿ ਗਈਆਂ ਸੀ ਉੱਥੋਂ ਨਹੀਂ ਮਿਲੀਆਂ ਪਰ ਹੁਣ ਇੱਥੇ ਆ ਕੇ ਮੈਂ ਕਦੇ ਕਦੇ ਹੀ ਹੁੰਦਾ ਇੱਦਾਂ ਆਹ ਹੈਂਗਰ ਦੇਖੇ ਇੱਥੇ ਆ ਕੇ ਮੈਂ ਆਹ ਜਿਹੜੇ ਪਏ ਆ ਆਹ ਦੇਖੋ $7.5 ਦੇ 30 ਹੈਂਗਰ ਅਤੇ ਉੱਥੋਂ ਜਿਹੜੇ ਲਏ ਅਸੀਂ ਉਹ ਸੀਗੇ $2 ਦੇ 7 ਹੈਂਗਰ ਅਤੇ ਕਿੰਨੇ ਬਣੇ 28 ਹੈਂਗਰ ਲਏ ਅਸੀਂ $8 ਦੇ ਜਿਹ 'ਚ ਟੈਕਸ ਐਡ ਕਰੋ $8.5 ਦੇ ਅਤੇ ਇੱਥੇ $7.5 ਦੇ ਮਿਲ ਰਿਹਾ 30 ਹੈਂਗਰ ਇੱਕ ਹਿਸਾਬ ਦਾ ਉੱਦਾਂ ਘਾਟਾ ਖਾ ਲਿਆ ਸੀ ਉੱਥੇ ਅਤੇ ਹੋਰ ਬਾਕੀ ਸ਼ੂ ਰੱਖਣ ਦੇ ਲਈ ਸ਼ੂ ਰੈਕ ਵੀ ਚਾਹੀਦੇ ਨਾ ਹੁਣ ਸ਼ੂ ਰੈਕ ਇੱਥੇ ਆਹ ਦੇਖੋ ਆਹ ਲੋਹੇ ਦਾ ਸ਼ੂ ਰੈਕ ਆ ਅਤੇ ਆਹ ਹੈਗਾ ਲੱਕੜੀ ਦਾ ਇਹਦੇ ਵਿੱਚ ਘੱਟ ਪੇਅਰ ਆਉਂਦੇ ਆ ਅਤੇ ਇਹਦੇ 'ਚ ਵੱਧ ਪੇਅਰ ਆਉਂਦੇ ਸਾਨੂੰ ਤਾਂ ਵੱਧ ਪੇਅਰ ਵਾਲਾ ਚਾਹੀਦਾ ਇਸ ਲਈ ਆਹ ਵਾਲਾ ਸ਼ੂ ਰੈਕ ਲੈ ਲੈਂਦੇ ਹਾਂ ਆਹ $20 ਦਾ ਅਤੇ ਆਹ $13 ਦਾ ਸਭ ਤੋਂ ਜ਼ਰੂਰੀ ਚੀਜ਼ ਆਉਂਦੀ ਆ ਚਾਕੂ ਸਬਜ਼ੀ ਕਿਹਦੇ ਨਾਲ ਬਣਾਉਣੀ ਅੱਜ ਕੱਲ੍ਹ ਮੈਂ ਸ਼ੈੱਫ ਬਣਿਆ ਫਿਰਦਾ ਵਾ ਫਿਰ ਮੈਨੂੰ ਨਾ ਚਾਕੂ ਚਾਹੀਦਾ ਹੁੰਦਾ ਵੱਡਾ ਅਤੇ ਆਹ ਵਾਲੇ 2 ਚਾਕੂ ਹੁਣ ਲਏ ਆ ਅਤੇ ਆਹ ਪਤਾ ਨਹੀਂ ਕਿੰਨੇ ਦਾ ਹੋਣਾ ਆ ਹਾਲੇ ਚੈੱਕ ਨਹੀਂ ਕੀਤਾ ਮੇਬੀ $10 ਦੇ 2 ਚਾਕੂ ਜਦੋਂ ਤੱਕ ਵੱਡੇ ਚਾਕੂ ਦੇ ਨਾਲ ਕੱਟੋ ਨਾ ਉਦੋਂ ਤੱਕ ਸਬਜ਼ੀ ਬਣਾਉਣ ਦਾ ਮਜ਼ਾ ਹੀ ਨਹੀਂ ਆਉਂਦਾ ਨਵਾਂ ਘਰ ਲਿਆ ਸੀ ਇਸ ਲਈ ਇੰਨਾ ਸਮਾਨ ਲੈਣਾ ਪਿਆ ਨਵਾਂ ਘਰ ਲਿਆ ਨਹੀਂ ਮਤਲਬ ਰੈਂਟ 'ਤੇ ਲਿਆ ਅਤੇ ਹੁਣ ਘਰ ਜਾ ਕੇ ਸਾਰਾ ਸਮਾਨ ਟਿਕਾਉਣਾ 7 ਵੱਜ ਗਏ ਹਾਲੇ ਬਹੁਤ ਖਲਾਰਾ ਪਿਆ ਕਰੇ ਅਤੇ ਮੈਂ ਸੋਚਿਆ ਸੀ ਹਾਊਸ ਟੂਰ ਕਰਵਾਊਂਗਾ ਬਟ ਉਹ ਅਗਲੇ ਵਲੌਗ ਦੇ ਵਿੱਚ ਕਿਉਂਕਿ ਅੱਜ ਤਾਂ ਹੋਣਾ ਨਹੀਂ ਹਾਊਸ ਟੂਰ ਇਹ ਵਲੌਗ ਉੱਤੇ ਬੜਾ ਲੰਬਾ ਬਣ ਜਿਹੜਾ ਗੁੱਡ ਮੋਰਨਿੰਗ ਕੱਲ੍ਹ ਮੈਂ ਵਲੌਗ ਉੱਤਵਾਰ ਸ਼ੂਟ ਨਹੀਂ ਕੀਤਾ ਕਿਉਂਕਿ ਕੱਲ੍ਹ ਘਰ ਆ ਕੇ ਕੰਮ ਹੀ ਬੜਾ ਸੀਗਾ ਬੜਾ ਖਲਾਰਾ ਪਿਆ ਸੀ ਸਾਰਾ ਖਲਾਰਾ ਖਲੂਰਾ ਚੱਕਿਆ ਵਲੌਗ ਜ਼ਿਆਦਾ ਲੰਬਾ ਨਹੀਂ ਕਰਨਾ ਪਤਾ ਨਹੀਂ ਆਲਰੇਡੀ ਕਿੰਨੇ ਦਾ ਹੋ ਗਿਆ ਹੋਣਾ ਅਤੇ ਹੁਣ ਫਿਰ ਤੁਹਾਨੂੰ ਮੈਂ ਦੱਸਦਾ ਕਿ ਕੀ ਸਾਨੂੰ ਘਰ ਦੇ ਵਿੱਚ ਮਿਲਿਆ ਕੀ ਸਾਨੂੰ ਦਿੱਤਾ ਓਨਰ ਨੇ ਘਰ ਦੇ ਵਿੱਚ ਸਟੈਂਡ ਦੇਖ ਰਹੇ ਹੋ ਜਿਹੜਾ ਕੱਲ੍ਹ ਅਸੀਂ ਲੈ ਕੇ ਆਏ ਸੀ ਇਹ ਮੈਂ ਲਿਆ ਕੇ ਘਰੇ ਅਸੈਂਬਲ ਕੀਤਾ ਅਤੇ ਆਪਣੇ ਬੂਟ ਵਗੈਰਾ ਰੱਖ ਲਏ ਅਤੇ ਆਹ ਜਿਹੜਾ ਦੇਖ ਰਹੇ ਸੋਫੇ ਆਹ ਸੋਫੇ ਦਿੱਤੇ ਉਹਨੇ ਅਤੇ ਆਹ ਮੈਕਬੁੱਕ ਨਹੀਂ ਦਿੱਤੀ ਨਾ ਹੀ ਗਲਾਸਿਸ ਦਿੱਤੇ ਇਹ ਮੇਰੇ ਆਪਣੇ ਆ ਅਤੇ ਆਹ ਸੋਫੇ ਉਹਨੇ ਦਿੱਤੇ ਅਤੇ ਆਹ ਟੀਵੀ ਮਿਲਿਆ ਵਿੱਚ ਅਤੇ ਨਾਲ ਆਹ ਥੱਲੇ ਜਿਹੜਾ ਟੀਵੀ ਦੇ ਨੀਚੇ ਪਿਆ ਆਹ ਸਟੈਂਡ ਉਸ ਤੋਂ ਇਲਾਵਾ ਆਹ ਰੈਫਰੀਜਰੇਟਰ ਅਤੇ ਆਹ ਜਿੱਥੇ ਆਹ ਟੰਗਿਆ ਹੋਇਆ ਹੈਂਗਰ ਇਹ ਅਲਮੀਰਾ ਨਹੀਂ ਹੈਗੀ ਜਿਹੜੀ ਅਲਮੀਰਾ ਅਸਲੀ ਆ ਉਹ ਰੂਮ ਦੇ ਅੰਦਰ ਆ ਬਟ ਇਹ ਜਸਟ ਜਿਹੜੀਆਂ ਸਰਦੀਆਂ ਦੀਆਂ ਜੈਕਟਾਂ ਵਗੈਰਾ ਹੁੰਦੀਆਂ ਉਹਦੇ ਲਈ ਆ ਇਹੀ ਨਹੀਂ ਇਕੱਲਾ ਸੋਰੀ ਰੂਮ ਦਾ ਸਾਨੂੰ ਭੁੱਲ ਗਿਆ ਰੂਮ ਦੇ ਅੰਦਰ ਖਲਾਰਾ ਬਹੁਤ ਪਿਆ ਮੈਂ ਦਿਖਾ ਨਹੀਂ ਸਕਦਾ ਰੂਮ ਦੇ ਅੰਦਰ ਸਾਨੂੰ ਨਾਲ ਮਿਲੇ ਬੈੱਡ ਦਿੱਤੇ ਆ ਰੂਮਸ ਦੇ ਵਿੱਚ ਅਤੇ ਉਸ ਤੋਂ ਇਲਾਵਾ ਡਸਟਬਿਨ ਦਿੱਤੇ ਆ 3-4 ਘਰੇ ਪਏ ਹੋਏ ਆ ਅਤੇ ਆਹ ਜਿਹੜੇ ਡੱਬੇ ਆ
ਆ ਵੀ ਓਨਰ ਨੇ ਦਿੱਤੇ ਆ, ਇੱਕ 'ਚ ਮੈਂ ਦਾਲ ਪਾ ਲਈ, ਇੱਕ 'ਚ ਚਾਵਲ ਪਾਏ ਹੋਏ ਆ। ਰੈਫਰੀਜਰੇਟਰ ਅਤੇ ਆਹ ਸਟੋਵ ਤਾਂ ਵਿੱਚ ਹੁੰਦਾ ਹੀ ਆ, ਮਾਈਕ੍ਰੋਵੇਵ, ਆਹ ਜਿਹੜੇ ਡੱਬੇ ਦੇਖ ਰਹੇ ਹੋ ਆਹ ਵੀ ਵਿੱਚ ਮਿਲੇ ਹੋਏ ਆ, ਆਹ ਵਾਲੇ ਆਹ ਕੱਚ ਦੇ ਡੱਬੇ ਵਿੱਚ ਮਿਲੇ, ਅਤੇ ਬਾਕੀ ਆਹ ਜਿਹੜਾ ਕੀ ਹੁੰਦਾ ਇਹ ਸੋਰੀ ਟੋਸਟਰ ਵੀ ਉਹਨੇ ਦਿੱਤਾ, ਅਤੇ ਬਾਕੀ ਆਹ ਜਿਹੜੇ ਚਾਕੂ ਦਾ ਸਟੈਂਡ ਇਹ ਵੀ ਇਹ ਵੀ ਉਹਨੇ ਓਨਰ ਨੇ ਦਿੱਤਾ, ਅਤੇ ਬਾਕੀ ਆ ਕੱਦੂਕਸ ਵੀ ਓਨਰ ਵੱਲੋਂ ਮਿਲਿਆ। ਇਹ ਹੁਣ ਇਹਦੀ ਗੱਲ ਕਰੀਏ ਕਰੋਕਰੀ ਦੀ, ਅਤੇ ਆਹ ਸਾਰੀ ਜਿਹੜੀ ਕਟਲਰੀ ਆ ਸਾਰੇ ਚਮਚ ਵਗੈਰਾ, ਆਹ ਫੋਕਸ ਹੋ ਗਏ, ਸਪੂਨਸ ਹੋ ਗਏ, ਜਾਂ ਚਾਕੂ, ਅਤੇ ਆਹ ਵਾਈਨ ਓਪਨਰ, ਆਹ ਸਾਰੇ ਓਨਰ ਨੇ ਦਿੱਤਾ ਸਾਨੂੰ ਸਭ ਕੁਛ। ਆਹ ਸੀਗਾ ਆਪਣਾ ਨਵਾਂ ਨਵਾਂ ਮੂਵ ਕੀਤਾ ਮੈਂ, ਹਲੇ ਹੁਣੇ ਉੱਪਰੋਂ ਥੱਲੇ ਆਇਆ, ਕਿਤੇ ਦੂਰ ਗਿਆ ਨਹੀਂ, ਬਟ ਦੈਟਸ ਵਾਈ ਥੱਲੇ ਜ਼ਿਆਦਾ ਵਧੀਆ ਆ। ਅਤੇ ਤੁਸੀਂ ਵੀ ਦੇਖ ਲਿਆ ਹਾਲੇ ਕਿੱਦਾਂ ਦਾ ਅਪਾਰਟਮੈਂਟ ਟੂਰ ਮੈਂ ਹਾਲੇ ਕੀਤਾ ਨਹੀਂ ਆ, ਉਹ ਕਰੂੰਗਾ ਜਲਦੀ, ਨਹੀਂ ਤਾਂ ਜਲਦੀ ਆਪਣਾ ਵਲੋਗ ਉਹ ਲੰਬਾ ਹੋ ਜਾਣਾ ਸੀ। ਅਤੇ ਤੁਸੀਂ ਦੇਖ ਲਿਆ ਹੁਣ ਕੀ ਡਿਫਰੈਂਸ ਆ। ਮੈਂ ਇੱਦਾਂ ਨਹੀਂ ਕਹਿ ਰਿਹਾ ਕਿ ਕੋਈ ਵੀ ਮਾੜੇ ਜ਼ਰੂਰੀ ਨਹੀਂ, ਪੰਜਾਬੀ ਕੋਈ ਵੀ ਤੁਹਾਨੂੰ ਮਾੜੀ ਬੇਸਮੈਂਟ ਦੇ ਸਕਦਾ ਆ। ਅਤੇ ਦੂਜੀ ਗੱਲ, ਅਸੀਂ ਬਰੈਂਪਟਨ ਜ਼ਿਆਦਾਤਰ ਲਈ ਦੀ ਆ ਕੈਸ਼ ਦੇ ਉੱਤੇ, ਅਸੀਂ ਲੀਜ਼ ਨਹੀਂ ਕਰੀ ਦੀ, ਪਰ ਇੱਥੇ ਕੀਤੀ ਹੋਈ ਆ ਮੈਂ ਲੀਜ਼ ਇਹਦੇ ਨਾਲ, ਅਤੇ ਫਿਰ ਤਾਂ ਕਰਕੇ ਇਹਨਾਂ ਨੂੰ ਵਧੀਆ ਦੇਣਾ ਹੀ ਪੈਣਾ ਸਾਰਾ ਕੁਛ। ਬਟ ਇਹ ਆ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ, ਮੈਂ ਬਰੈਂਪਟਨ ਇੱਕ ਵਾਰੀ ਲਈ ਸੀਗੀ, ਉਹ ਬਹੁਤ ਮਾੜੀ ਬੇਸਮੈਂਟ ਸੀਗੀ, ਬਟ ਇੱਕ ਵਾਰੀ ਜਦੋਂ ਮੈਂ ਘਰ ਦਿਆ ਸੀ, ਤੁਸੀਂ ਦੇਖੇ ਹੋਣੇ ਬਲੌਗ, ਜਿਹੜੀ ਉਹ ਵਾਲੀ ਬੇਸਮੈਂਟ ਲਈ ਸੀਗੀ ਉਹ ਬਹੁਤ ਵਧੀਆ ਸੀਗੀ। ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਕਮੈਂਟ ਕਰਕੇ ਦੱਸਿਓ, ਅਗਲਾ ਬਲੌਗ ਕਿਹੜਾ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਵੀ ਦੱਸਿਓ, ਉਹ ਵੀ ਅਸੀਂ ਜਲਦੀ ਲੈ ਕੇ ਆਵਾਂਗੇ। ਜੇ ਅਗਲਾ ਬਲੌਗ ਪਸੰਦ ਆਇਆ ਹੋਵੇ ਤਾਂ ਲਾਈਕ ਜ਼ਰੂਰ ਕਰੀਓ, ਕਮੈਂਟ ਕਰਕੇ ਦੱਸਿਓ ਸਾਨੂੰ ਕਿੱਦਾਂ ਦਾ ਲੱਗਿਆ, ਅਤੇ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੀਓ। ਮਿਲਾਂਗੇ ਅਗਲੇ ਬਲੌਗ ਦੇ ਵਿੱਚ, ਦੇਖਦੇ ਰਹੋ ਕੰਡਾ ਬਲੌਗ। ਸੀ ਯੂ ਇਨ ਦਾ ਨੈਕਸਟ ਬਲੌਗ। ਐਡੀਟਿੰਗ ਸ਼ੁਰੂ ਕਰਨੀ ਹਾਲੇ ਟਾਈਮ ਨਹੀਂ ਹੈਗਾ। ਸੀ ਯੂ ਇਨ ਦਾ ਨੈਕਸਟ।